ਦੇਸ਼ ਦੀ ਵੰਡ ਦੇ 50ਵੇਂ ਵਰੇ ਨੂੰ ਸਮਰਪਿਤ ਇੱਕ ਗਜ਼ਲ ਲਿਖੀ ਸੀ ਜਿਹੜੀ ਪਹਿਲੀ ਵਾਰ ਨਕਾਣਾ ਸਾਹਿਬ 'ਚ ਮੈਂ ਸੁਣਾਈ ਸੀ ਉਹ ਤੁਹਾਡੇ ਲਈ ਹਾਜ਼ਰ ਹੈ ਕਿ ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ ਪਹਿਲਾਂ ਵਾਰ ਨੇ ਟਾਣ ਤੋੜੇ ਫਿਰ ਜੜਾਂ ਤੋਂ ਪੁੱਟਿਆ ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਰਦੀ ਪਹਿਲਾਂ ਦੀ ਬਾਤ ਇੱਕ ਛੰਨਾ ਪੋਣੇ ਬੱਦੀ ਰੋਟੀ ਕੁੱਤਾ ਲੈ ਗਿਆ ਕਸਰ ਤੋਂ ਛੱਡੀ ਨਾ ਕੋਈ ਅੱਗ ਲਾ ਕੇ ਆ ਹਵਾ ਫੇਰ ਵੀ ਤੂੰ ਵੇਖ ਕਿਦਾਂ ਚੁੰਮਦਾ ਜੰਗਲ ਹਰਾ ਸਿਰ ਦੇ ਚੁੰਨੀ Laash ਪੁੱਤਰ ਦੀ ਤੇ ਪਾਗ ਗੇ ਤੁਰੀ ਇਸ ਤੋਂ ਵੱਧ ਕੇ ਭਲਾ ਹੋਵੇਗੀ ਕਿਹੜੀ ਕਰਬਲਾ ਜਿਸ ਨੂੰ ਤੂੰ ਆਖੇ ਆਜ਼ਾਦੀ ਲੱਭ ਲੈ ਕਿੱਧਰ ਗਈ ਉਹ ਤਾਂ ਸੀ ਇੱਕ ਖواب ਰਾਤੀ ਆਇਆ ਆ ਕੇ ਤੁਰ ਗਿਆ ਰੰਗ ਬਦਲੇ ਪਰ ਕਿਸੇ ਨਾਲ ਢੰਗ ਬਦਲੇ ਨਾ ਵਿਧਾਨ ਕੁਰਸੀਆਂ ਤੇ ਕਾਲਾ ਤਨ ਚਿਹਰਾ ਬਦਲ ਕੇ ਬਹਿ ਗਿਆ ਬੰਦਿਆਂ ਤੇ ਰੋਕ ਸਰਹੱਦ ਤਾਰ ਕੰਡਿਆਲੀ ਖੜੀ ਕੌਣ ਡੱਕ ਸਕਦਾ ਭਲਾ ਦਸ ਹੌਕਿਆਂ ਦਾ ਕਾਫਲਾ ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ ਪਹਿਲਾ ਵਾਰ ਨੇ ਟਾਣ ਤੋੜੇ ਫਿਰ ਜਣਾ ਤੋਂ ਪੁੱਟਿਆ ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ ਇੱਕ ਛੰਨਾ ਪੌਣੇ ਬੱਧੀ ਰੋਟੀ ਕੁੱਤਾ ਲੈ ਗਿਆ ਕਸਰ ਤੂੰ ਛੱਡੀ ਨਾ ਕੋਈ ਅੱਗ ਲਾ ਕੇ ਹਵਾ ਫੇਰ ਵੀ ਤੂੰ ਵੇਖ ਕਿਦਾਂ ਝੋਮਦਾ ਜੰਗਲ ਹਰਾ ਧੰਨਵਾਦ ਤੁਹਾਡਾ ਆਪਣਾ ਗੁਰਪਾਜਨ ਗੇੜੀ